अस्सलाम वालेकुम, मैं हूँ अवैस और आप देख रहे हैं काजी व्लॉग। आज हम अपने घर की लिपाई करवा रहे हैं, तो वीडियो शुरू करने से पहले हमारे चैनल को सब्सक्राइब कर दें, वीडियो को लाइक कर दें और बेल आइकन को ज़रूर दबाइएगा ताकि आपको हमारी हर नई आने वाली वीडियो मौसूल होती रहे। तो शुरू करते हैं आज की वीडियो। सबसे पहले छत की सफाई होगी, हो रही है। सफाई के बाद मिट्टी की लिपाई की जाएगी और वो रही मिट्टी की। यहाँ से सफाई हो चुकी है। सफाई होना बहुत ज़रूरी है, अगर नहीं होगी तो अच्छी से लिपाई नहीं हो पाएगी, स्टिकी नहीं रहेगी यानी मिट्टी। फिर क्या, फिर मिट्टी उखड़ जाएगी। तकरीबन सफाई कंप्लीट हो चुकी है। और उससे आगे मेरे घर का हसीन मंजर। यहाँ पे दरख्त नज़र आ रहे हैं, वहाँ से नहर भी गुजर रही है, किसी दिन आपको वो भी दिखाएंगे, बहुत ही खूबसूरत लगती है। हट जाओ फारा, अब गारा बना चुके हैं और तैयारी हो रही है बाल्टी को रस्सी डालने की, ताकि यहाँ से डायरेक्टली इसको ऊपर खींच लिया जाए। अब एक और बाल्टी आ चुकी है ताकि काम जल्दी से जल्दी ख़त्म हो। एक ये बाल्टी और दूसरी है। अज लाहौर बारिश हुई है जी, हाँ सुबह खबर है इंसान तो। इतने भी बात समान धुंधला है, बल्ब नु तो कोनी नहीं, बल्ब दे नहीं आप काम शुरू, काम मकान शुरू हो गया। ते बाकी जेड़ा मतलब है तुम्हारी जरूरत हर महीने 40,000 रुपया वो तुम्हारा वखरा। अच्छा 40,000 रुपया ते इलाज वखरा, इलाज वखरा, इलाज कंपनी जेड़ा इलाज तुम्हारा खर्च होवे, जेड़े हस्पताल मर्जी ने कराओ,
ਉਹ ਤੁਹਾਨੂੰ ਪੈਸੇ ਫਰੀ ਤੇ ਉਹਨਾਂ ਕੋਈ ਸ਼ੈ ਨਹੀਂ ਲੈਣੀ ਕਹਿ ਬੈਲੈਂਸ ਜੀ ਕਟੌਤੀ ਕੋ ਨਹੀਂ ਆਉਣੀ ਮੈਂ ਤਾਂ ਬੈਲੈਂਸ ਵਾਲਾ ਦੀ ਗੱਲ ਕਾ ਨਹੀਂ ਕੀਤੀ ਉਹ 40,000 ਰੁਪਇਆ ਭਾਵੇਂ ਘੱਟ ਹੀ ਨਾ ਲੈਵੇ ਕਿਸੇ ਚੋਂ ਕੱਟ ਲੈ ਬੈਲੈਂਸ ਹੀ ਚੋਂ ਮੈਂ ਇਤਨਾ ਬੈਲੈਂਸ ਕਰਵਾਇਆ ਹੀ ਕਦੇ ਨਹੀਂ ਜਿਹੜਾ 40,000 ਆਪਣਾ ਕਰਾਉਣਾ ਤੇ ਹੌਲੇ ਹੌਲੇ ਕੱਟੇ ਸਨ ਤੇ ਕਟੀਂਦੇ ਰਹਿਣ ਹੌਲੇ ਹੌਲੇ ਕਟੀਂਦੇ ਰਹਿਣ ਬਿਸ਼ਕ ਹਾਂ ਜਾਂ ਇੱਕ ਵਾਰੀ ਤਾਂ ਦਿਓ ਨਾ ਹਾਂ ਇੱਕ ਵਾਰੀ ਤਾਂ ਦਿਓ ਸ਼ੇਰ ਬਣੋ ਵੱਧ ਜਾਣਿਆ ਸੀ ਸਿਮ ਹੀ ਬਦਲ ਲਈ ਸਾਂ ਨਹੀਂ ਐਸਾ ਤਾਂ ਕਿਉਂ ਬਦਲਣੀ ਸਿਮ ਭਾਈ ਐਸਾ ਤਾਂ ਇਹ ਤਾਂ ਸਰ ਕਰਨਾ ਕੋਈ ਐਡੇ ਜੋ ਮੁਖਲੇ ਸੇ ਦਾ ਤਾਂ ਸਾ ਅਸਾਂ ਦੇਖ ਲੈ ਨਾ ਅਸਾਂ ਵੀ ਉਹਨਾਂ ਨਾਲ ਚੰਗੇ ਰਹੇ ਵੀ ਤਾਂ ਜਿਹੜਾ ਤਾਂ ਇੱਥੇ ਮੇਰੇ ਖਿਆਲ ਹੋਰ ਤੇ ਕਿਸੇ ਦੇ ਸਿਮ ਹੀ ਕਾਇਨ ਯੂ ਫੋਨ ਦੀ ਜੀ ਆ ਹੈ ਨਾ ਕੋਈ ਸ਼ਾਇ ਨਹੀਂ ਕਿਸੇ ਦੀ ਕਾਇਨ ਬਲਕਿ ਬਾਬੂ ਜੀ ਹੋਰ ਆਂਦੀ ਹੈ ਸਾਡੇ ਵੀ ਤਾਂ ਹੌਸਲੇ ਵੇਖ ਨਾ ਬਾਬੂ ਜੀ ਹੋਰ ਆਂਦੀ ਸਿਮ ਹੈ ਯੂ ਫੋਨ ਦੀ ਜੀ ਆ ਅੱਛਾ ਕੋਈ ਨਹੀਂ ਸਿਗਨਲ ਕੋਈ ਨਹੀਂ ਆਂਦੇ ਉਹਨਾਂ ਕੋ ਯੂ ਫੋਨ ਦੇ ਜੀ ਆ ਬੜੇ ਜ਼ਬਰਦਸਤ ਹੈ ਮੈਂ ਤਾਂ ਜਿੱਥੇ ਮੈਂ ਮਰਜ਼ੀ ਕਰ ਲਈ ਕਦੀ ਨਹੀਂ ਕੋਈ ਫਰਕ ਨਹੀਂ ਕਰਦਾ ਉਸ ਤੇ ਸ਼ਹਿਰ ਵੀ ਚਲਾਈਏ ਉਹ ਖੇਰ ਜਾਇਜ਼ ਲਈਏ ਤਾਂ ਕੰਮ ਚੱਲਿਆ ਮੈਂ ਤਾਂ ਭਾਈ ਮਤਲਬ ਵੇਖੇ ਇਹ ਉਮਰ ਜ਼ਿਆਦਾ ਹੁਣ ਹੋ ਗਈ ਸੋ ਚਲੋ ਕੋਈ ਨਾ ਉਮਰ ਰਸੀਦਾ ਹੋ ਗਿਆ ਨਹੀਂ ਤਾਂ ਜਿਹੜਾ ਮੋਬਾਈਲ ਹਾਂ ਮੋਬਾਈਲ ਦਾ ਤਾਂ ਉਹ ਹੀ ਸਿਸਟਮ ਰਾਣਾ ਯੂ ਇਹ ਸਿਮ ਦਾ ਮਸਲਾ ਹੁੰਦਾ ਜੀ ਠੀਕ ਸਹੀ ਠੀਕ ਮਿੱਟੀ ਸਹੀ ਬਣ ਗਈ ਅੱਛਾ ਰੋੜਾ ਸ਼ੋੜਾ ਤੇ ਵਿੱਚ ਕੋਈ ਨਹੀਂ ਆ ਜੇ ਕੋਈ ਆਵੇ ਨਹੀਂ ਆਵੇ ਤਾਂ ਤਲੇ ਬੇਲੀ ਨਕਲੀ ਆਵੇ ਨਾ ਦਰੀ ਥੋੜ੍ਹਾ ਜਿਹਾ ਮਾਰ ਲੈ ਇਹਨੂੰ ਜ਼ਰਾ ਚੂੜੀ ਚਾੜ ਛੋੜ ਜਾਂ ਪਿੱਛਾ ਕੁੰਝ ਛੋੜ ਦੋ ਕੰਮ ਕਰ ਕਿਉਂਕਿ ਇਹ ਵਿੱਚ ਜਿਹੜਾ ਤਾਂ ਲੱਗਦੀ ਰਹੀ ਤਾਂ ਵੱਧ ਫਾਇਦਾ ਕੋਈ ਨਹੀਂ ਹੁਣ ਬਣਾਇਣ ਨੂੰ ਵੀ ਉੱਤਾਂ ਕਰ ਛੋੜ ਅਹੀਂ ਅਹੀਂ ਆਦੀ ਲਿਪਾਈ ਹੋ ਚੁੱਕੀ ਹੈ ਤਕਰੀਬਨ ਅੱਜ ਕੀ ਵੀਡੀਓ ਮੇਰੇ ਖਿਆਲ ਸੇ ਯਹਾਂ ਪੇ ਖਤਮ ਕਰਤੇ ਹੈ ਬਹੁਤ ਲੰਬੀ ਹੋ ਰਹੀ ਹੈ ਤੋ ਆਜ ਕੀ ਵੀਡੀਓ ਮੇਂ ਬਸ ਇਤਨਾ ਹੀ ਵੀਡੀਓ ਪਸੰਦ ਆਏ ਤੋ ਹਮਾਰੀ ਵੀਡੀਓ ਕੋ ਲਾਈਕ ਕਰੀਏਗਾ ਚੈਨਲ ਕੋ ਸਬਸਕ੍ਰਾਈਬ ਕਰੀਏਗਾ ਦੋਸਤੋ ਕੇ ਸਾਥ ਸ਼ੇਅਰ ਕਰੀਏਗਾ ਸ਼ੁਕਰੀਆ